ਵਾਇਗੁਰ ਦੀ ਕਾਂ ਖਾਲਸਾ ਵਾਇਗੁਰ ਦੀ ਕੀਫਤ ਹੈ ਅੱਜ ਅਖਬਾਰਾਂ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਜੋ ਕਿ ਅਜੀਤ ਅਖਬਾਰ ਦੇ ਮਾਲਕ ਹਨ ਉਹਨਾਂ ਬਾਰੇ ਖਬਰਾਂ ਆਈਆਂ ਜਾਂ ਹੋਰ ਵੱਡੀਆਂ-ਵੱਡੀਆਂ ਖਬਰਾਂ ਪੰਜਾਬ ਸਰਕਾਰ ਵੱਲੋਂ ਇਹ ਦਿੱਤੀਆਂ ਗਈਆਂ ਕਿ ਅਸੀਂ ਕਰਪਸ਼ਨ ਦੇ ਕੇਸ ਦੇ ਵਿੱਚ ਹਮਦਰਦ ਸਾਹਿਬ ਨੂੰ ਸਮਨ ਭੇਜਿਆ ਹੈ ਮੈਨੂੰ ਨਾ ਪੁੱਛਣਾ ਚਾਹਨਾ ਇਹ ਪਹਿਲ ਤੇ ਇਹ ਦੱਸੋ ਜਿਹੜੇ ਆਪਣੇ ਸਮਨ ਪਹਿਲੇ ਇਸ਼ੂ ਹੋਏ ਸਾਂ ਉਹਨਾਂ ਬਾਰੇ ਤੁਸੀਂ ਕੋਈ ਫੈਸਲੇ ਲੈ ਲੈਣ ਇਹ ਸਮਨ ਦੇ ਜਣੇ ਦੇ ਵਿੱਚ ਇੱਕ ਗਹਿਰੀ ਸਾਜ਼ਿਸ਼ ਜਿਹੜੀ ਹੈਗੀ ਉਹ ਘੜੀ ਚੱਰੀਏ ਮੈਨੂੰ ਨਹੀਂ ਪਤਾ ਇਹਦੇ ਵਿੱਚ ਸੈਂਟਰ ਸਰਕਾਰ ਸ਼ਾਮਲ ਹੈ ਜਾਂ ਨਹੀਂ ਸ਼ਾਮਲ ਕਿਦਾਂ ਮੈਨੂੰ ਇਲਮ ਨਹੀਂ ਹੈ ਪਰ ਇਹ ਗਹਿਰੀ ਸਾਜ਼ਿਸ਼ ਹੈ ਸਰਦਾਰ ਬਰਜਿੰਦਰ ਸਿੰਘ ਨਾਮਦਾਰ ਇੱਕ ਉੱਚ ਕੋਟੀ ਦੇ ਜਿਹੜਿਆ ਕਿ ਆਪਣੇ ਸਿੱਖਾਂ ਦੇ ਵਿੱਚ ਬੜਾ ਨਾਂ ਰੱਖਣ ਵਾਲੀ ਸ਼ਖਸੀਅਤ ਹੈ ਕਿ ਬੜੇ ਅੱਛੇ ਬਾਪ ਤੇ ਬੇਟੇ ਨੇ ਔਰ ਕੁੰਨਾ ਨੇ ਵੀ ਪੱਤਰਕਾਰੀ ਜਿਹੜੀ ਕੀਤੀ ਸੀ ਸਰਦਾਰ ਸੰਤੂ ਸਿੰਘ ਹਮਦਰਦ ਰਹੇ ਉਹਨਾਂ ਤੇ ਕੋਈ ਉਂਗਲ ਨਹੀਂ ਸੀ ਉਠਾ ਸਕਦਾ ਔਰ ਮੈਂ ਇਤਨੀ ਉਮਰ ਹੋ ਗਈ ਹੈ ਮੇਰੀ ਔਰ ਮੈਂ ਬਚਪਨ ਤੋਂ ਇਹ ਅਖਬਾਰ ਪੜ੍ਹਦਾ ਮੈਂ ਇਹਨਾਂ ਦੇ ਲੇਖ ਵੀ ਪੜ੍ਹਦਾ ਐਡੀਟੋਰੀਅਲ ਵੀ ਪੜ੍ਹਦਾ ਮਨ ਉੱਕਦੇ ਮਹਿਸੂਸ ਨਹੀਂ ਹੋਇਆ ਬਈ ਇਹਨਾਂ ਦੇ ਐਡੀਟੋਰੀਅਲ ਦੇ ਵਿੱਚ ਇੱਕ ਪਾਸੜ ਗੱਲ ਕੀਤੀ ਹੋਇਆ ਜੋ ਸੱਚ ਹੁੰਦਾ ਹੈ ਉਹ ਲਿਖ ਕੇ ਲੋਕਾਂ ਨੂੰ ਜਾਣੂ ਕਰਾਉਂਦੇ ਨੇ ਮੈਂ ਨਿੱਜੀ ਤੌਰ ਤੇ ਵੀ ਮੈਂ ਇਹ ਗੱਲ ਨੂੰ ਕਹਿ ਸਕਦਾ ਵੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਇੱਕ ਬਹੁਤ ਹੀ ਵਧੀਆ ਔਰ ਨੇਕ ਇਨਸਾਨ ਹੈ ਕਿ ਇਹ ਸਿਰਫ ਜਿਹੜੀ ਇਹ ਚਾਹ ਲੈ ਗਈ ਭਗਵੰਤ ਮਾਨ ਦੀ ਇਹਦੀ ਇਹ ਤੇ ਇਹਦੀ ਗਿਣਤੀ ਤੇ ਕਿਥੇ ਵਿਚ ਵੀ ਨਹੀਂ ਹੈ ਇਹ ਤੇ ਨਾ ਵਹ இந்து ਨਾ ਮੁਸਲਮਾਨ ਇਹ ਕੁਝ ਵੀ ਨਹੀਂ ਹੈ ਨਾ ਸਿੱਖ ਹੈ ਨਾ ਇਹਦੂ ਹੈ ਨਾ ਮੁਸਲਮਾਨ ਹੈ ਇਹ ਕੁਝ ਵੀ ਨਹੀਂ ਹੈ اور ਇਸ ਨੇ ਆਪਣੇ ਆਕਾਮਾ ਤੇ ਕਰਨ ਦੇ ਉੱਪਰ ਤੇ ਹਮਦਰ ਸਾਪ ਦੇ ਉੱਪਰ ਇਸ ਕਰਕੇ ਇਲਜ਼ਾਮ ਲਗਾਏ ਤਾਂ ਕਿ ਇਹ ਸਿੱਖਾਂ ਨੂੰ ਵੀ ਬਦ ਬਦਰਾਮ ਕਰ ਸਕੇ ਇਹਨਾਂ ਨੇ ਸਾਰੀ ਕੌਮ ਨੂੰ ਬਦਰਾਮ ਕਰਨ ਦਾ ਇੱਕ ਇੱਕ ਮੁਹਾਸ ਜਿਹੜਾ ਹੈ ਕਾ ਉਰਚਿਆਗਾ ਉਰਖੋਗ اور ਇਸ ਤਰ੍ਹਾਂ ਜ਼ਬਰਦਸਤੀ ਕਰਕੇ ਤੁਸੀਂ ਹਮਦਰਦ ਸਾਹਿਬ ਕੋਲੋਂ ਕੁਝ ਲਿਖਵਾ ਸਕਦੇ ਹੋ ਇਹ ਸਿਰਫ ਇਤਨੀ ਗੱਲ ਹੈ ਵਿੱਚ ਵੀ ਇਹਦੀਆਂ ਚੋਣਾ ਆ ਰਹੀਆਂ ਹਨ ਹਮਦਰਦ ਸਾਹਿਬ ਉੱਪਰ ਅਸੀਂ ਨਜਾਇਜ਼ ਪ੍ਰੈਸ਼ਰ ਪਾ ਕੇ ਉਹਨਾਂ ਦੀ ਅਖਬਾਰ ਦੇ ਵਿੱਚ ਅਸੀਂ ਆਪਣੇ ਬਾਰੇ ਅੱਛਾ ਲਿਖਵਾ ਸਕੀਏ ਪਰ ਮੈਨੂੰ ਨਹੀਂ ਪਤਾ ਮੇਰਾ ਇਹ ਵਿਸ਼ਵਾਸ ਹੈ ਇਹ ਜੇ ਘਟੀਆ ਪ੍ਰੈਸ਼ਰ ਹੇਠ ਆਣ ਵਾਲੇ ਹਮਦਰਦ ਸਾਹਿਬ ਨਹੀਂ ਆਕੇ ਨਾਈ ਏਜੇ ਸੋ ਪ੍ਰੈਸ਼ਰ ਪਾਲਣ ਉਹਨਾਂ ਦੀ ਜੋ ਕੁਝ ਉਹਨਾਂ ਦੀ ਕਲਮ ਦੀ ਤਾਕਤ ਹੈ ਉਹ ਜ਼ਰੂਰ ਵਰਤਣਗੇ ਉਹਨਾਂ ਨੂੰ ਲੋਕਾਂ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ ਸੱਚ ਇਹੀ ਹੈ ਕਿ ਇਹਨਾਂ ਗੱਲਾਂ ਵਿੱਚੋਂ ਨਿਕਲਦਾ ਕੁਝ ਨਹੀਂ ਆਪਣੀ ਵਾਰੀ ਤੇ ਆਮ ਆਦਮੀ ਆਲੇ ਬੜੀਆਂ ਚੀਕਾਂ ਮਾਰਦੇ ਨੇ ਦਿੱਲੀ ਦੇ ਵਿੱਚ ਇੱਕ ਹੀ ਅਲੈਦਾ ਕਰ ਰਹੇ ਨੇ ਸੈਂਟਰ ਨਾਲੋਂ ਹਰ ਕਿਸੇ ਤੇ ਕੇਸ ਉਪੀ ਜਾ ਰਹੇ ਨੇ ਜਿਹੜਾ ਬੰਦਾ ਆਂਦਾ ਉਸਤੇ ਕੇਸ ਬਣਾ ਦਿੰਦੇ ਨੇ ਜਿਹੜਾ ਬੰਦਾ ਆਂਦਾ ਉੱਥੇ ਉਸ ਤੇ ਲਾ ਜਾਂਦੇ ਨੇ ਜੇਲਿਤ ਪਾ ਦਿੰਦੇ ਨੇ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਮੈਂ ਇੱਕ ਸੁਜੈਸ਼ਨ ਦੇਣੀ ਚਾਹਨਾ ਜਿਸ ਬੰਦੇ ਨੂੰ ਇਹ ਜੇਲ੍ਹ ਵਿੱਚ ਪਾਣ ਔਰ ਉਹ નિર્ਦੋਸ਼ ਸਾਬਤ ਹੋਵੇ ਸਰਕਾਰ ਨੂੰ ਭਾਰੀ ਜੁਰਮਾਨਾ ਲਾਣਾ ਚਾਹੀਦਾ ਉਸ ਬੰਦੇ ਨੇ ਕੀ ਕਸੂਰ ਕੀਤਾ ਜਿਹੜਾ ਜੇਲ੍ਹ ਕੱਟ ਕੇ ਆਇਆ ਨਾ ਪਿੱਛੇ ਨਾ ਗਲਤ ਇਹ ਨਾ ਬਾਤ ਇਹ ਜਿਹੜੀ ਹੈ ਕਿ ਇਸ ਇਹ ਬੜੀ ਭਾਰੀ ਅੱਜ ਇਹ ਬੜਾ ਕਾਠ ਮਹਿਸੂਸ ਹੋ ਰਿਹਾ ਹੈ ਅਸੀਂ ਤੰਦੇ ਦੇ ਨਾਲ ਸਰਦਾਰ ਬਰਜਿੰਦਰ ਸਿੰਘ ਹਮਦਰ ਦੇ ਨਾਲ ਖੜੇ ਆਂ ਔਰ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਰਵਾਂਗੇ ਅਰਦਾਸ ਕਰਦੇ ਆਂ ਸੱਚੇ ਪਾਸ਼ਾ ਜਿਨ੍ਹਾਂ ਨੇ ਇਹ ਤੁਮਤਾ ਲਾੜ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸੁਬਤ ਬਖਸ਼ੇ ਕਿਉਂਕਿ ਸਰਦਾਰ ਬਰਜਿੰਦਰ ਸਿੰਘ ਹਮਦਰ ਸਾਰੇ ਪੰਜਾਬ ਦੇ ਪੰਜਾਬੀਆਂ ਦੀ ਆਵਾਜ਼ ਹੈਗੇ ਕਲ ਸਮਝ ਲੈਣ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਗਈ ਅਸੀਂ ਉਹਨਾਂ ਨਾਲਾ ਪੰਜਾਬ ਦੇ ਵਾਸੀ ਉਹਨਾਂ ਦੇ ਟਾਲਣ ਇਹਨਾਂ ਨੂੰ ਆਪਣੇ ਕੀਤੇ ਤੀ ਸਜ਼ਾ ਜ਼ਰੂਰ ਮਿਲੇਗੀ ਅਸੀਂ ਅਰਦਾਸ ਕਰਦੇ ਹਾਂ ਸ ਆ ਹਰਮਦਰ ਸਾਹਿਬ ਵਾਸਤੇ ਉੱਚੜ ਵੀ ਕਲਾ ਚੜ੍ਹਣ ਕਿਸੇ ਵੀ ਏ ਜੀਆਂ ਠੱਗੀ ਠਕੋਰੀਆਂ ਦੇ ਅੱਗੇ ਝੁੱਕਣ ਦੀ ਜ਼ਰੂਰਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ